ਕਿੰਨੇ ਚਿਰੇ ਉਹਨਾਂ ਦੇ ਕੰਨੇ ਚ ਇੱਕ ਆਵਾਜ਼ ਪਈ, ਮਾਈਕਾਂ ਲੱਗੀਆਂ ਨਾ ਤੂੰ ਠੀਕ ਹੈ, ਤੇ ਜਿਵੇਂ ਮੈਂ ਅੱਗੇ ਪ੍ਰਗਟ ਹੋ ਕੇ ਬਤਾ ਤੁਮਨੇ ਚੋਰੀ ਪੂਰੇ ਸਥਾਨ ਉੜਿਆ ਕੁਲਦੇਵਤੇ ਦਾ, ਕੁਲਦੇਵੀਆਂ ਦਾ, ਕਦੋਂ ਉੜਿਆ ਆ ਕੁਲਦੇਵਤੇ ਤੇ ਕੁਲਦੇਵੀਆਂ। ਦੇਖੋ ਭਗਵਾਨ ਦਾ ਵੀ ਜਿਸ ਵੇਲੇ ਵਿਵਾਹ ਹੋਇਆ ਉੱਥੇ ਭਗਵਾਨ ਨੇ, ਦੇਖੋ ਇੰਨੇ ਕਿੰਨੇ ਸਥਾਨ ਬਾਬਾ ਜੀ ਸਾਡੇ ਬਾਬਾ ਕਾਲੀ ਵੀਰ ਜੀ ਹੁੰਦੇ, ਕਿੰਨੇ ਸਥਾਨ ਦੁਨੀਆਂ ਪਰ, ਲੇਕਿਨ ਥੋੜਾ ਸਥਾਨ ਕੋਕਾ ਹੋਣਾ, ਵੱਖਰਾ ਹੋਣਾ, ਜਿੱਥੇ ਥੋੜੇ ਗਏ ਦੇਵਤਾ ਨੇ ਖਾਲੀ, ਸਮਝਾ ਦੇ ਨਾ। ਮੋਦੀ ਉੜਿਆ ਉੱਪਰ, ਪ੍ਰਭੂ ਸ਼੍ਰੀ ਰਾਮ ਉੜਿਆ ਹੈ ਉੱਪਰ, ਇਹ ਥੱਲੇ ਉੜਿਆ ਹੈ, ਏਡੀਆਂ ਡੀਸੀ ਹੋਈ ਏ। ਹੁਣ ਦੇਖੋ ਨਾ, ਤੁਸੀਂ ਦੇਖਿਆ ਕਿ ਬਾਬਾ ਜੀ ਦੀ ਚੌਕੀਆਂ ਹੁੰਦੀਆਂ, ਕਦੇ ਕੁਛ ਰਾਮ ਜੀ ਦੀ ਚੌਕੀ ਕਰਦੇ ਦੇਖਿਆ, ਉਹ ਬੜੇ ਉੱਪਰ ਨੇ। ਪੀਸ, ਪਹਿਲੇ ਆਪਣੇ ਪਰਿਵਾਰ ਕੀ ਸੰਤੁਸ਼ਟ ਕਰੋ, ਫਿਰ ਦੇਵੀ ਦੇਵਤਿਆਂ ਕੀ ਸੰਤੁਸ਼ਟ ਕਰੋ, ਆਪਣੇ ਕੁਲ ਦੇਵਤਿਆਂ ਕੀ ਸੰਤੁਸ਼ਟ ਕਰੋ, ਅਗਰ ਚਾਹੁੰਦੇ ਹੋ ਕਿ ਸਾਡੇ ਘਰ ਚ ਸੁੱਖ ਸ਼ਾਂਤੀ ਰਹੂ। ਤ੍ਰੀ ਸੀੜੀ ਉੱਠੀ ਆਈ ਪਿੱਤਰ, ਕੌਣ ਉੜਿਆ ਹੈ, ਜਿਹਦੇ ਕਾਰਨ ਸਭ ਲੋਕ ਦੁਖੀ ਨੇ। ਹਰ ਘਰ ਵਿੱਚ ਜੋਤ ਜਗਾ ਦੀ ਹੈ, ਹਰ ਘਰ ਵਿੱਚ ਪੂਜਾ ਪਾਠ ਹੋਆ ਦੀ ਹੈ, ਫਿਕਰ ਵਿੱਚ ਕਲੇਸ਼ ਕੀ ਹੈ, ਸਤਸੰਗ ਵੀ ਇੰਨੇ ਹੋਆ ਦੇ, ਕਥਾ ਵੀ ਇੰਨੀਆਂ ਹੋਆ ਦੀਆਂ, ਲੋਕ ਕਥਾ ਦਾ ਅਨੁਸਰਣ ਵੀ ਕਰਾਂ ਦੇ, ਫਿਕਰ ਵਿੱਚ ਕਲੇਸ਼ ਕੀ ਹੈ, ਕਾਰਨ ਕੀ ਹੈ ਪ੍ਰਭੂ ਜੀ? ਪ੍ਰਧਾਨ ਕਾਰਨ ਇਹ ਹੈ ਕਿ ਸਾਡੀ ਪੂਜਾ ਅਧੂਰੀ ਹੈ, ਆਸ ਕੇ ਕਰਾਨੇ ਦਰਵਾਜ਼ੇ ਬੰਦ ਨੇ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰਾਂ ਨੇ, ਕਿਵੇਂ ਅੰਦਰ ਜਾਇਆ ਜਾ ਸਕਦਾ? ਜਦੋਂ ਤੋੜੇ ਤੁਹਾਡੇ ਕੁਲ ਦੇਵਤੇ ਤੁਹਾਡੇ ਅਨੁਕੂਲ ਨਹੀਂ ਹਨ, ਕੁਲ ਦੇਵੀਆਂ ਤੁਹਾਡੇ ਅਨੁਕੂਲ ਨਹੀਂ ਹਨ, ਪ੍ਰਭੂ ਤੁਹਾਡੇ ਅਨੁਕੂਲ ਕਦੇ ਵੀ ਨਹੀਂ ਹੋ ਸਕਦੇ। ਕੁਲ ਦੇਵਤਾ ਤੁਹਾਡੇ ਘਰੇ ਦੇ ਨੇ, ਘਰੇ ਦੇਗੇ ਅਗਰ ਤੁਸੀਂ ਸੰਤੁਸ਼ਟ ਨਹੀਂ ਕਰੀ ਸਕਾ ਦੇ, ਤੇ ਬਾਹਰੇ ਦੀ ਤੁਸੀਂ ਕਿਹ ਸੰਤੁਸ਼ਟ ਕਰਨਾ? ਪਹਿਲੇ ਸੰਤੁਸ਼ਟ ਆਪਣੇ ਪਰਿਵਾਰ ਕੀ ਕਰੋ, ਫਿਰ ਸੰਤੁਸ਼ਟ ਆਪਣੇ ਕੁਲ ਦੇਵਤਾ ਕੀ, ਤੁਹਾਡੇ ਕੇ ਪਰਿਵਾਰ ਦੇ ਵੀ ਆਈਏ ਪਿੱਤਰ। ਅਰੇ ਪਿੱਤਰ ਵੀ ਭਗਵਾਨ ਦੇ ਸਮਾਨ ਪਵਿੱਤਰ ਨੇ, ਜਿਵੇਂ ਭਗਵਾਨ ਦੀ ਪੂਜਾ ਹੈ, ਇਹਨਾਂ ਕੇ ਕੋਦੀ ਪੂਜਾ ਹੈ, ਪਿੱਤਰਾਂ ਦੀ ਪੂਜਾ ਹੈ। ਪੂਰਵ ਕਾਲ ਵਿੱਚ, ਅੱਜ ਕੋਲੋਂ ਥੋੜੇ ਸਮੇਂ ਪਹਿਲੇ, ਬੜੇ ਸਮੇਂ ਨੀ ਆਖਣਾ ਮੈਂ, 10 ਸਾਲ ਪਹਿਲੇ, 10 ਵਰਸ਼ ਪਹਿਲੇ, ਲੋਕ ਪੁੱਛਦੇ ਹੈ, ਲੋਕੀ ਪਤਾ ਹੁੰਦੀ ਸੀ ਕਿ ਮੇਰੀ ਮਾਤਾ ਦੀ ਤਿੱਥ ਕੀ ਹੈ, ਮੇਰੇ ਪਿਤਾ ਦੀ ਤਿੱਥ ਕੀ ਹੈ, ਦਾਦੇ ਦੀ ਤਿੱਥ ਕੀ ਹੈ। ਮੇਰੇ ਦਾਦਾ ਜੀ ਕੋਲੋਂ ਗ੍ਰਾਂ ਦੇ ਲੋਕ ਪੁੱਛਦੇ ਹਾਨੀ ਹੈ ਕਿ ਮਹਾਰਾਜ ਸਾਡੇ ਆ ਚਾਚੀ ਹੁੰਦੀ ਕੀ ਤਿੱਥ ਹੈ, ਉਹਦੀ ਕੀ ਤਿੱਥ ਹੈ, ਸਮਝ ਲੈਣਾ ਨਾ, ਮੈਂ ਡੋਗਰੀ ਚ ਬੋਲਣਾ ਸਮਝ ਲੱਗਾ ਦੀ ਨੀ। ਮੈਂ ਪੂਰਬ ਵਿੱਚ ਇੱਕ ਸੰਕਲਪ ਲੈ ਬੈਠਾ ਆਪਣੇ ਸਾਡੇ ਪਰਮ ਪ੍ਰੀਏ ਸੰਦੀਪ ਹੁੰਦਾ ਨੂੰ ਲਿਖਿਆ ਕਿ ਜੰਮੂ ਕਸ਼ਮੀਰ ਚ ਕੁਦੇ ਵੀ ਕਥਾ ਸਤਸੰਗ ਕਰਨੀ ਹੋਊਗੀ ਮੈਂ ਡੋਗਰੀ ਚ ਕਰਦਾ। ਅਗਰ ਜੰਮੂ ਕਸ਼ਮੀਰ ਵਿੱਚ ਵੀ ਮਿੱਕੀ ਹਿੰਦੀ ਬੋਲਣੀ ਪਊਆ ਤੇ ਤੀ ਜਾਣੀ, ਕੱਲ ਵੀ ਮੈਂ ਦਿੱਲੀ ਜਾਂ ਕੁਦਾ ਦੁਆਰ ਪੁਦਾ ਕਥਾ ਕਰਗਾ ਤੇ ਉੱਥੇ ਮੈਂ ਕਿਵੇਂ ਬੋਲਣਾ, ਹਿੰਦੀ ਕੇ ਬੋਲਣੀ। ਲੇਕਿਨ ਅਗਰ ਆਪਣੇ ਜਨਮ ਸਥਾਨ ਉੱਪਰ ਵੀ ਮੇਰੀ ਮਾਤਰ ਭਾਸ਼ਾ ਡੋਗਰੀ ਹੈ, ਮਾਤਰ ਭਾਸ਼ਾ ਕਿਸੇ ਆਖਦੇ, ਜਿਹੜੀ ਮਾਂ ਨੇ ਸਿਖਾਈ, ਮੇਰੀ ਮਾਂ ਨੇ ਮਿੱਕੀ ਡੋਗਰੀ ਗਏ, ਬੱਚੇ ਕੀ ਵੀ ਆਖਣਾ, ਸਾਰੇ ਕੀ ਆਖਣਾ, ਜਿਸੀ ਨਹੀਂ ਸਮਝ ਲੱਗਾ ਦੇ ਸਿੱਖੋ, ਡੋਗਰੀ ਸਮਝਣਾ, ਡੋਗਰੀ ਸਿੱਖੋ, ਬੜੀ ਪ੍ਰਿਯ ਭਾਸ਼ਾ ਹੈ, ਬੜੀ ਮਿੱਠੀ ਭਾਸ਼ਾ ਹੈ। ਅਸ ਡੋਗਰੇ ਡੋਗਰੀ ਨੀ ਬੋਲ ਕੇ ਤੇ ਡੋਗਰੀ ਮੁੱਕ ਜਾਣੀ, ਸਾਡੀ ਪਛਾਣ ਹੈ ਡੋਗਰੀ। ਫਿਰ ਆਈ ਹੈ ਨੰਬਰ ਕੋਦਾ, ਪਿਤਰੇ ਦਾ, ਗੁਰੂ ਦੇ ਵਚਨ ਮੰਨੀ ਹੈ, ਗੁਰੂ ਦੇ
ਬਖਸ਼ੇ ਦੇ ਅਨੁਸਾਰ ਆਪਣੇ ਜੀਵਨ ਵਿੱਚ ਚਲੀ ਹੈ, ਫਿਰ ਗੁਰੂ ਵੀ ਸੰਤੁਸ਼ਟ ਕੀਤਾ। ਉਸ ਗੁਰੂ ਦੇ ਪ੍ਰਤੀ ਭਗਤੀ ਨਹੀਂ ਰੱਖੋ ਕੋਈ ਗੱਲ ਨੀ, ਲੇਕਿਨ ਗੁਰੂ ਦੇ ਸ਼ਬਦ ਦੇ ਪ੍ਰਤੀ ਭਗਤੀ ਰੱਖੋ, ਗੁਰੂ ਦੇ ਸ਼ਬਦ ਦੇ ਪ੍ਰਤੀ ਪੂਰਾ ਵਿਸ਼ਵਾਸ ਰੱਖੋ, ਤੇ ਫਿਰ ਤੁਹਾਡੇ ਪਰ ਕਿਰਪਾ ਹੋ ਗਿਆ। ਤੁਸੀਂ ਕਿੰਨਾ ਸਤਸੰਗ ਗੁਰੂ ਜੀ ਦਾ ਸੁਣਿਆ ਹੈ, ਇਹ ਅਰਥ ਨਹੀਂ ਹੈ। ਸਾਬੋ ਨਹੀਂ, ਗੁਰੂ ਜੀ ਦੀ ਜਿੱਥੇ ਵੀ ਕਥਾ ਹੁੰਦੀ ਆ ਸੁੱਤ ਕਥਾ ਚ ਜੰਨੇ, ਜਾਂ ਗੁਰੂ ਜੀ ਦਾ ਜਿੱਥੇ ਵੀ ਕੋਈ ਸਤਸੰਗ ਹੁੰਦਾ ਆ ਸੁੱਤੇ ਗੇਦੇ ਹੁੰਦੇ ਮਹਾਰਾਜ, ਇਹ ਰਸਤੇ ਜੰਨੇ ਮਹਾਤਮ ਹੋਈ ਹੈ ਜਿਸ ਕਥਾ।